सी यू 4 बजे देखदा बेण ए कर दी भी बदतमीज नहीं बहुत नानी मां को बहुत ज्यादा पेट में दर्द हो रहा अभी पेट पे हो रहा पेट 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 जहां पे हो रहा था खांदा भरावा ओ नहीं वीरे ये भी है भरावा बहुत चोना वे बहुत चोना ए ए ए बनाया मां चलो ए ओ सुपर आप सो हे गाइस वेलकम बैक टू आवर चैनल आई होप तो सारे बहुत वधिया होगे हां जी हां जी मैं बहुत वधिया सोना है बहुत वधिया ਤੁਹਾਡੇ ਪਿਆਰ ਤੇ ਤੁਹਾਡੀ ਦੁਆ ਦੇ ਨਾਲ ਸੋ ਸਭ ਤੋਂ ਪਹਿਲਾਂ ਤਾਂ ਅੱਜ ਕਿੰਨੀ ਤਰੀਕ ਹੈ 24 ਇੰਨਾ ਸੋਚ ਕੇ ਤਾਂ ਸੱਡੇ ਜੇ ਕੋਲੇ ਜਾਣਾ ਵਾ ਸੋ ਗਾਇਸ ਅੱਪਾ ਜਾ ਰਹੇ ਆ ਸੋਨਾ ਨੂੰ ਕੋਲੇ ਛੱਡਣ ਐਕਚੁਅਲੀ ਵਲੌਗ ਤਾਂ ਨਹੀਂ ਆ ਰਹੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਤਬੀਅਤ ਖਰਾਬ ਹੈ ਇਹਨੂੰ ਵੀ ਖਾਂਸੀ ਹੋਈ ਪਈ ਯਾਦਵੀ ਨੂੰ ਵੀ ਟਾਈਫਾਈਡ ਆ ਨਾਨੀ ਮੰਮਾ ਤਬੀਅਤ ਰਾਤੀ ਖਰਾਬ ਹੋ ਗਈ ਮੰਮੀ ਫਿਲਹਾਲ ਠੀਕ ਹੋ ਚੁੱਕੀ ਆ ਟੱਚ ਵੁੱਡ ਬਟ ਬਾਕੀ ਸਾਰੇ ਬਿਮਾਰ ਸੀ ਤੇ व्लॉग के लिए कर रही है डेमो नहीं दे रही उनको किसी हां वो डेमो नहीं दे रही रियलिटी में खांसी है इसको सो हम फटाफट इन्हें कॉलेज छड़िए तो फिर उस तो बाद इन्हें 4 बजे छुट्टी होनी है फिर सूर्य भाई लेन जानगे या मैं लेन जावांगा कोई भी लेन जा सकता है बाकी की करा गाड़ी चला हूं मैं गाड़ी चलाने लगा सो यस आंधी वकी गल्ला करते मैं इकल्ला ही होना आंधी वकी ओके लेट्स गो सो गाइस कॉलेज के बाहर आ चुके हैं जी चलो गेट आउट ओके सी यू 4 बजे बाकी बाय बाय कहो सब्सक्राइबर आओ सो गाइस सोनू ਨੂੰ ਕਰਤਾ ਡ੍ਰੌਪ ਸੀਟ ਬੈਲਟ ਆਪਣੀ ਲੱਗੀ ਹੋਈ ਹੈ ਤੇ ਹੁਣ ਮੈਂ ਫਟਾਫਟ ਗੱਡੀ ਨੂੰ ਮੋੜਾ ਤੇ ਪਛਲੀ ਵਾਪਸੀ ਕਾਰ ਓਕੇ ਬਾਏ ਹੁਣ ਮਤਲਬ ਮੈਂ ਜਦੋਂ ਇਹਨੂੰ ਦੇਖਦਾ ਪੈਣਾ ਐ ਕਰਦੀ ਵੀ ਹੀਗੀ ਬਦਤਮੀਜ਼ ਬਦਤਮੀਜ਼ ਕਹੀ ਕੀ ਸੋ ਗਾਇਸ ਮੈਂ ਤੁਹਾਨੂੰ ਕੁਝ ਗੱਲਾਂ ਕਰਨੀਆਂ ਸੋ 1 ਮਿੰਟ ਤੋਂ ਮੈਂ ਗੱਡੀ ਮੋੜ ਲਾਂ ਤੇ ਫਿਰ ਮੈਂ ਹਾਈਵੇ ਨੂੰ ਹੋ ਜਾ ਤੇ ਫਿਰ ਕਰਦੇ ਆਂ ਗੱਲਾਂ ਬਾਏ ਸੋ ਹਾਂਜੀ ਮੇਰੇ ਸੱਜਣੋ ਗੱਡੀ ਆਪਾਂ ਮੋੜ ਲਈ ਤੇ ਆਪਾਂ ਹੋ ਗਿਆ ਹਾਈਵੇ ਨੂੰ ਸਭ ਤੋਂ ਪਹਿਲਾਂ ਤੇ ਯਾਰ ਦਿਲੋਂ ਲਵ ਯੂ ਆ ਸਾਰਿਆਂ ਨੂੰ ਕਿਉਂਕਿ ਜਿਹੜੀ ਕੱਲ ਤੋਂ ਪਹਿਲਾਂ ਵਾਲੀ ਵੀਡੀਓ ਸੀ ਜਿਹੜੀ ਮਤਲਬ ਪਰਸੋਂ ਵਾਲਾ ਵਲੌਗ ਸੀ ਉਸ ਤੋਂ ਬਾਅਦ ਸਾਡੇ 2-3 ਦਿਨ ਵਲੌਗ ਨਹੀਂ ਆਏ ਉਹ ਵਲੌਗ ਤੇ 300 ਕਮੈਂਟ ਆਇਆ ਤੇ ਆਈ ਲਵ ਇਟ ਐਕਚੁਅਲੀ ਜੀ ਮੈਨੂੰ ਬਹੁਤ ਪਸੰਦ ਆਇਆ ਕਿ ਇੰਨੀ ਦੂਰੋਂ ਦੂਰੋਂ ਲੋਕੀ ਸਾਨੂੰ ਦੇਖਦੇ ਪਏ ਆ ਐਂਡ ਬਹੁਤ ਜ਼ਿਆਦਾ ਪਿਆਰ ਦਿੰਦੇ ਪਏ ਸਾਨੂੰ ਤੇ ਯਾਰ ਮੇਰੇ ਵੱਲੋਂ ਬਸ ਦਿਲੋਂ ਤੁਹਾਨੂੰ ਰਿਸਪੈਕਟ ਆ ਬਹੁਤ ਜ਼ਿਆਦਾ ਤੇ ਤੁਸੀਂ ਸਾਰੇ ਬਸ ਵਲੌਗ ਨੂੰ ਪਿਆਰ ਦਿਆ ਕਰੋ ਇੱਕ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀ ਕਿ ਮੰਮੀ ਹੁਣ ਠੀਕ ਹੈ ਬਟ ਹੁਣ ਨਾਨੀ ਮੰਮਾ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾਨੀ ਮੰਮਾ ਦੇ ਇੱਕ ਸਾਈਡ ਤੇ ਜਿੱਦਾਂ ਕੈਂਸਰ ਹੈ ਪੇਟ 'ਚ ਗੋਲਾ ਵਾ ਮਤਲਬ ਇੱਕ ਸਾਈਡ ਤੇ ਕੈਂਸਰ ਆ ਉਹਨਾਂ ਨੂੰ ਤੇ ਕੱਲ ਦੀ ਨਾਨੀ ਮੰਮਾ ਨੂੰ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ ਕਿ ਪੇਟ ਦੇ ਵਿੱਚ ਮਤਲਬ ਨਾਨੀ ਮੰਮਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਉਸ ਤੋਂ ਬਾਅਦ ਸੋਨਾ ਨੂੰ ਖਾਂਸੀ ਯਾਦਵੀ ਨੂੰ ਟਾਈਫਾਈਡ ਲੱਡੂ ਬਿਮਾਰ ਸਾਡਾ ਸੋ ਇਸ ਕਰਕੇ ਨਾ ਵਲੋ ਐਟਮੋਸਫੀਅਰ ਹੀ ਘਰ ਦੋਦਾਂ ਤੋਂ ਜਾਂਦਾ ਉਧਰ ਯਾਡੀ ਨੂੰ ਗੱਲ ਸੈਟ ਲੱਗ ਗਈ ਕੱਲ ਨਹੀਂ ਮਤਲਬ ਸੱਟ ਤੋਂ ਤੇ ਕਾਫੀ ਦਿਨ ਦੀ ਲੱਗੀ ਹੋਈ ਹੈ 3-4 ਦਿਨ ਹੋ ਗਏ ਬਟ ਗੌਰ ਨਹੀਂ ਕੀਤਾ ਸਾਨੂੰ ਇਦਾਂ ਸੀਗਾ ਕਿ ਨਾਰਮਲ ਉਦਾਂ ਹੀ 50-50 ਵਜੇ ਤੇ ਉਹੀ ਗੱਲ ਹੋਈ ਉਹਦੇ ਨਾਲ ਸੱਟ ਲੱਗ ਗਈ ਸੀ ਕੋਈ ਤਾਂ ਉਹਨੇ 50 ਮਾਰ ਕੇ ਸਾਰਾ ਖਰਾਬ ਕਰ ਲਿਆ ਆਪਣਾ ਫੇਸ ਸੋ ਫਿਲਹਾਲ ਕੁਝ ਨਹੀਂ ਹੁੰਦਾ ਸਾਨੂੰ ਤੁਹਾਡੇ ਪਿਆਰ ਦੀ ਤੇ ਤੁਹਾਡੀ ਦੁਆ ਦੀ ਲੋੜ ਹੈ ਬਾਕੀ ਸਭ ਕੁਝ ਓਕੇ ਰਿਪੋਰਟ ਆ ਮਾਤਾ ਰਾਣੀ ਦੀ ਕਿਰਪਾ ਨਾਲ ਤੇ ਫਿਲਹਾਲ ਹੁਣ ਤਾਂ ਮੈਂ ਹਾਈਵੇ ਤੇ ਯਾਰ ਮੈਂ ਇਦਾਂ ਲਗਾਤਾਰ ਵਲੌਗ ਸ਼ੂਟ ਕਰ ਤੇ ਨਹੀਂ ਸਕਦਾ ਤੇ ਆਪਾਂ ਹੁਣ ਫਟਾਫਟ ਚੱਲੀਏ ਪਹਿਲਾਂ ਕਾਰ ਤੇ ਘਰ ਜਾ ਕੇ ਤੁਹਾਨੂੰ ਮਿਲਦੇ ਹਾਂ ਇੱਕ ਗੱਲ ਜ਼ਰੂਰ ਦੱਸਿਓ ਇਹ ਤੁਹਾਡੇ ਨਾਲ ਵੀ ਹੁੰਦਾ ਕਿ ਮੇਰੇ ਨਾਲ ਹੀ ਹੁੰਦਾ ਮਤਲਬ ਹੁਣੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਸੋਨਾ ਨੂੰ ਐਲਪੀਯੂ ਛੱਡਣ ਗਿਆ ਸੀ ਹੁਣੇ ਸੋਨਾ ਨੂੰ ਫਗਵਾੜੇ ਵਾਲੀ ਸਾਈਡ ਹੀ ਪੈ ਜਾਂਦਾ ਥੋੜਾ ਜਿਹਾ ਇਸ ਟਾਈਮ ਮੈਂ ਕਰੰਟਲੀ ਜਲੰਧਰ 'ਚ ਆਪਣਾ ਜਿਹੜਾ ਜਿੱਥੇ ਮੈਂ ਰਹਿਣਾ ਜਿੱਥੇ ਮੇਰਾ ਘਰ ਆ ਮੈਂ ਉਹਦੇ ਲਾਗੇ ਤਾਗੇ ਆ ਤੇ ਮਤਲਬ ਵਾਈਬ ਹੀ ਇੰਨੀ ਜ਼ਿਆਦਾ ਸੈਕਸੀ ਆਉਂਦੀ ਹੈ ਨਾ ਕਿ ਫਾਈਨਲੀ ਮੈਂ ਪਹੁੰਚ ਗਿਆ ਐਦਾਂ ਤੁਹਾਡੇ ਨਾਲ ਵੀ ਹੁੰਦਾ ਕਿ ਇਕੱਲੇ ਮੇਰੇ ਨਾਲ ਹੁੰਦਾ ਪਲੀਜ਼ ਮੈਨੂੰ ਦੱਸਿਓ ਮਤਲਬ ਯਾਰ ਇੱਕ ਅਲੱਗ ਹੀ ਮਜ਼ਾ ਮਤਲਬ ਇੱਕ ਸਕੂਨ ਟਾਈਪ ਕੀ ਹਾਏ ਯਾਰ ਫਾਈਨਲੀ ਮੈਂ ਪਹੁੰਚ ਗਿਆ ਮੈਨੂੰ ਤਾਂ ਬਹੁਤ ਜ਼ਿਆਦਾ ਸਕੂਨ ਮਿਲਦਾ ਸੱਚੀ ਸੋ ਗਾਇਸ ਫਾਈਨਲੀ ਘਰ ਦੇ ਬਾਹਰ ਵੀ ਆ ਗਏ ਆ ਇੱਕ ਤਾਂ ਇਹ 210 ਕਿਲੋ ਦਾ ਗੇਟ ਆ ਸੋ ਯਾਰ ਐਨੀ ਹਾਉ ਮੇਰੀ ਆਊਟਫਿਟ ਕਿੱਦਾਂ ਲੱਗ ਰਹੀ ਹੈ ਮਤਲਬ ਇਹ ਪੂਰੀ ਆਊਟਫਿਟ ਨਹੀਂ ਹੈ ਬਟ ਫਿਰ ਵੀ ਕਿਵੇਂ ਲੱਗ ਰਿਹਾ ਮੈਂ ਸੋ ਇੱਥੇ ਐਡੀ ਤੇ ਕਿਵੇਂ ਹੋ ਯਾਰ ਗੁੱਡ ਮਾਰਨਿੰਗ ਆਪ ਸਭ ਕਿਵੇਂ ਹੋ ਆ ਜਾ ਬਾਹਰ ਅਰੇ ਯਾਰ ਆ ਗਿਆ ਕਿਵੇਂ ਅੰਕੂ ਮੈਂ ਠੀਕ ਤੂੰ ਬਤਾ ਅਰੇ ਯਾਰ ਇਹ ਮੁਖੌਟਾ ਸਾ ਉਤਾਰ ਦੇ ਮੇਰੇ ਮੂੰਹ ਸੇ ਬਹੁਤ ਜ਼ਿਆਦਾ ਪਾਗਲ ਲੱਗਦਾ ਮੈਂ ਤੇਰੀ ਫੋਟੋ ਅੱਛੀ ਆ ਰਹੀ ਹੈ ਵੀਡੀਓ ਅੱਛੀ ਆ ਰਹੀ ਹੈ ਬਤਾ ਸੋਹਣਾ ਲੱਗ ਰਿਹਾ ਐਡੀ ਸੱਚ ਬਤਾ ਯਾਰ ਪਲੀਜ਼ ਯਾਰ ਐਸੇ ਮਤ ਕਰ ਹਾਂ ਸੱਚੀ ਤੂੰ ਬਹੁਤ ਜ਼ਿਆਦਾ ਕਿਊਟ ਲੱਗ ਰਿਹਾ ਥੈਂਕ ਯੂ ਸੋ ਮਚ ਗਾਇਸ ਐਡੀ ਨੇ ਤਾਂ ਪਾਇਆ ਸੱਟ ਲੱਗੀ ਹੋਈ ਹੈ ਨਾ ਕਿ ਆਪਣਾ ਪੰਜਾ ਵਗੈਰਾ ਨਾ ਮਾਰ ਲੈ ਇਸ ਕਰਕੇ ਇਹਨੂੰ ਇਹ ਮਾਸਕ ਪਵਾਇਆ हां यार तेरे चोट लगी थी गाइस पता नहीं मैं भी क्या कर तो अभी बच्चा होने 2 महीने का इसलिए पता नहीं लगता कुछ भी ओके एडी चल अंदर अंदर आ जा हां हां जा रहा हूं उधर चल उधर अरे हां यार जाता हूं सो लेट्स गो अंदर गुड मॉर्निंग हाय ब्रो गुड मॉर्निंग कौन ठीक हो नहीं बहुत नानी मां को बहुत ज्यादा पेट में दर्द हो रहा है बहुत ज्यादा अभी पेट पे हो रहा है पेट पेट जहां पे हो रहा था
ठीक है सो दसो यार इस ऐदा दे एटमॉस्फेयर दे विच बंदा की शूट करे कोई भी ठीक नहीं है यादवी नु भी टाइफाइड है लड्डू भी नहीं ठीक है तो हुन नानी मम्मा दी भी प्रॉब्लम है छोटू भी बीमार है तू भी बीमार हो गया जी भैया हां जी भैया तू ब्रश कर रहा वेरी गुड सो सारे जने बीमार सो गाइस मन्नु भी बहुत ज्यादा भूख लग रही है मैं कुछ खा ला तो फिर तुहानू मिलदा सो गाइस ब्रेकफास्ट दे विच ओट्स प्लस एक ग्लास दूध दा बिकॉज़ नानी मम्मा भी नहीं ठीक है आदमी नहीं ठीक है इस करके आपां रोटी नहीं बनाई रोटी अज बाहरों मंगावांगे या फिर मैं खुद फुलके बनावांगा थोड़ी देर सो फिलहाल ही आपां ब्रेकफास्ट करिए तो फिर तुहानू मिलदा सो गाइस ब्रेकफास्ट करने तो बाद मैं लड्डू का सारा समान दूध का मतलब सारा जो भी जुगाड़ है वो ले आया वा ते सूरज भाजी की हाल है हुंगी हुंगी बहुत सोना वीरे बहुत सोना नानी मम्मा चले है डॉक्टर को लड्डू नु लेके लड्डू ओए हेलो कैसे हो यार मेरे को रुलाया मत करो सुबह सुबह अरे हाँ कैसे हो मैं भी आ गया सो लड्डू जा नहीं रहा नानी मम्मा को सूरज तू फड़ सूरज तू फड़ अरे यार मेरे को नीचे मत दे देना मेरे को साइड कर ले छोटू बाय कर दो बाय सो यार छोटू सुसु की साफ कर दे सो गाइस साडे घर एक जानी मानी शख्सियत आ चुकी है जिहदा नाम हैगा वा मामा ठाकुर मामा ठाकुर काफी व्लॉगा दे विच तुसी नहीं आए ते की कहना चाहोगे तुसी कि तुहाडी जो फैन फॉलोइंग आ ओह घट हो गई है ते तुहानू कोई जानदा नहीं तुहानू कोई पुछदा नहीं सो की राय है तुहाडी इहदे बारे राय कुछ नहीं आपां अपने काम विच बिजी आ की मामू कहंदे मैं अपने काम विच बिजी आ ओके सो गाइस हीटर दी मैं प्रमोशन कर रहा हीटर बहुत वधिया लग रहा सो याद भी इतने काम कर रही है इसने छीले है प्याज अदरक और कैप्सिकम और मर्चें और क्योंकि मैं बनाऊंगा चीज चिली सो मामू है चीज चिली बना लगे है मतलब यार सारे साडे घर टैलेंटेड है जिदा मतलब काम वाली नहीं आंदी भी तां सारे नूं मैं तरले पा पा के कह चुकिया कि कोई भी जलंधर वाला व्लॉग मेरा देखदा पिया कोई भी तो प्लीज साडे घर काम वाली भेज दो बहुत बहुत मेहरबानी होगी तुहाडी कदी मैं रोटी बनाना कदी मामू होगी ਅਦਰ ਮੈਂ ਵਲੋਗ ਵੀ ਪਾਇਆ ਲੋਕੀ ਦੇਖਦੇ ਪਏ ਕਿ ਮੈਂ ਰੋਟੀ ਬਣਾਈ ਹੈ ਮਾਮੂ ਲੱਗ ਰਿਹਾ ਕਿ ਮੈਂ ਰੋਟੀ ਨਹੀਂ ਬਣਾਈ ਇਹਨਾਂ ਨੂੰ ਦੱਸਿਆ ਯਾਰ ਮਾੜਾ ਜਿਹਾ ਉਹ ਅੱਜ ਮਾਮੂ ਬਣਾ ਲੱਗਿਆ ਚੀਜ਼ ਚਿਲੀ ਮਾਮੂ ਚੀਜ਼ ਚਿਲੀ ਬਣਾ ਲੱਗੇ ਆ ਤਾਂ ਹੁਣ ਦੇਖਦੇ ਮਾਮੂ ਚੀਜ਼ ਚਿਲੀ ਬਣਾਉਂਦੇ ਆ ਕਿ ਸਾਨੂੰ ਚੀਜ਼ਾਂ ਚੀਜ਼ਾਂ ਚੀਲਾ ਪੁਲਾ ਕਰ ਦਿੰਦੇ ਲੇਮ ਸੀ ਨਾ ਕੋਈ ਗੱਲ ਨਹੀਂ ਯਾਰ ਆਈ ਲਵ ਯੂ ਯਾਰ ਤੁਸੀਂ ਸਾਰੇ ਲੇਮ ਜੋਕ ਤੇ ਵੀ ਹੱਸਦੇ ਹੋ ਬਟ ਤਾਂ ਹੀ ਤੁਸੀਂ ਸਾਰੇ ਪਿਆਰੇ ਲੱਗਦੇ ਹੋ ਛੋਟੂ ਕੈਸੇ ਹੋ ਠੀਕ ਹੈ ਕੋਈ ਭੋਜਪੁਰੀ ਚ ਗਾਣਾ ਸੁਣਾ ਅੱਜ अभी याद नहीं राती फिल्मा ला के देखता दे है पता नहीं नटका मटका सटका करी दे रहे हैं मैंने समझ भी नहीं आती जो फिल्म देखता भोजपुरी उसमें है उसको देखेंगे तब ना उसको हिंदी में बताएंगे आपको अच्छा मैं तेरे को बोलता हूँ हिंदी में अच्छा मैं सच हिंदी बोलता मैं भोजपुरी आती नहीं है मुझे मामू तानू भोजपुरी आती है मुझे कहाँ से आती है सो एनी हाउ गाइस ये सारा सामान छेल लिया वा हुण आपां चीज चिल्ली दी मेकिंग देखांगे कि साडा मामा एवें है कि फुद्दू बड़ा की चीजा बनांदा कि टेस्टी लाजवाब चीजा बनांदा सो लेट्स गो बनान चलते सामान ਇਧਰ ਮਾਮੂ ਕਿਚਨ ਚ ਆ ਚੁੱਕੇ ਆ ਤੇ ਪਿਆਜ਼ ਮਾਮੂ ਨੇ ਕੱਟ ਲਏ ਪਿਆਜ਼ ਮਾਮੂ ਨੇ ਕੱਟ ਲਏ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਮੈਨੂੰ ਮਾਫ ਕਰ ਦੋ ਮਾਮੂ ਇਹ ਕੀ ਹੈ ਕੌਰਨਫਲੋਰ ਐਂਡ ਮੈਦਾ ਕੌਰਨਫਲੋਰ ਹੈ ਮੈਦਾ 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 ਕੌਰਨਫਲੋਰ ਮਿਕਸ ਕਰਕੇ ਪਹਿਲੇ ਇਸ ਕੋ ਉਹ ਕਰਾਂਗੇ ਰੋਸਟ ਕਰਾਂਗੇ ਓਕੇ ਉਸਕੇ ਬਾਅਦ ਸਬਜ਼ੀ ਓਕੇ ਬਾਏ ਗਾਈਸ ਵੈਰੀ ਨਾਈਸ ਕੁੱਕ ਇਨ ਜਲੰਧਰ ਬਸਤੀ ਦਾਨਸ਼ਮੰਦਾ ਹਾਂਜੀ ਸੋ ਗਾਇਜ਼ ਇੱਥੇ ਮੇਰਾ ਅੰਸ਼ੂ ਨੂੰ ਮੈਚ ਲੱਗਣ ਲੱਗਾ ਮੈਂ ਇਹਨੂੰ ਬੱਚੇ ਨੂੰ ਹਰਾ ਕੇ ਤੇ ਫਿਰ ਤੁਹਾਨੂੰ ਮਿਲਦਾ ਵਾ ਗਾਇਜ਼ ਅੰਸ਼ੂ ਨੂੰ ਹਰਾਉਣ ਤੋਂ ਬਾਅਦ ਇਹ ਸੜੇ ਦਾ ਪਨੀਰ ਬਣਾਤਾ ਮਾਮੂ ਨੇ ਰੁਕ ਜਾ ਉਹ ਦੇਖਦਾ ਪਿਆ ਮੈਂ ਇਹ ਇਹ ਆ ਇਹ ਬਣਾਇਆ ਮਾਮੂ ਨੇ ਇਹ ਇਹ ਦੋ ਤਿੰਨ ਚਲੇ ਆ ਬਸ ਦੋ ਤਿੰਨ ਉਹ ਹੈਲੋ ਕਿੱਥੇ ਕਿੱਥੋਂ ਬਣਾ ਲਿਆ ਕ ਆ ਚੱਕ ਇਹ ਇਹ ਨਾ ਇਹ ਪੈਸੇ ਕਢਵਾਏ ਗਏ ਇੱਧਰ ਦੇਖਿਓ ਮੈਂ ਹਾਰ ਗਿਆ ਪੈਸੇ ਇਹ ਕਢਵਾਏ ਗਏ ਆ ਮੈਨੂੰ ਵੀ ਦੇ ਦੇ ਨਾ ਮੇਰੇ ਨਾਲ ਜੇ ਮੈਚ ਤੇ ਇਹ ਫੜ ਲਓ 10 ਰੁਪਏ ਰੱਖੋ ਬਾਕੀ ਬਚ ਦੇਣਾ ਬਾਕੀਦਾਰ ਆ ਓ ਹੈਲੋ ਬਾਕੀਦਾਰ ਆ
ਸਮਾਮੂ ਨੂੰ ਬਹੁਤ ਜ਼ਿਆਦਾ ਘੱਟ ਹੋ ਗਿਆ। ਸਮਾਮੂ ਹਜੇ ਤੱਕ ਇਹੀ ਬਣਾਉਂਦੇ ਪਏ ਆ। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਹੈ ਹੁਣ ਤੇ ਮੈਂ ਜਾ ਰਿਹਾ ਬਾਹਰ ਕੁਛ ਖਾਣ ਪੀਣ। ਸੋ ਗਾਇਜ਼ ਜਿੱਦਾਂ ਕਿ ਤੁਸੀਂ ਦੇਖ ਲਿਆ ਆਪਾਂ ਸਾਰੇ ਆ ਗਏ ਆਰ ਕੇ ਢਾਬੇ, ਮੈਂ ਸੁਰੇ ਭਾਜੀ ਪਾਪਾ ਐਨੰਚੂ ਤੇ ਹੁਣ ਆਪਾਂ ਆਰਡਰ ਦੇਤਾ ਵਾ। ਜਿੱਦਾਂ ਹੀ ਹੁਣ ਖਾਣਾ ਆਉਂਦਾ ਫਿਰ ਤੁਹਾਨੂੰ ਦਿਖਾਉਂਦੇ ਹਾਂ। ਤੁਹਾਨੂੰ ਸਾੜ ਦਿਓ ਥੋੜ੍ਹਾ ਥੋੜ੍ਹਾ ਵੰਡਣਾ ਤੁਹਾਡੇ ਸਾਰਿਆਂ ਨਾਲ ਆਪਾਂ ਰੋਟੀ ਨੂੰ ਚੋਚੀ ਕਹਿ ਕੇ ਵੰਡਣਾ ਸਾਂਝਾ ਕਰਨਾ। ਸੋ ਹੁਣ ਜਿੱਦਾਂ ਹੀ ਰੋਟੀ ਆਉਂਦੀ ਹੈ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਇਜ਼ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਸੀ ਇਸ ਕਰਕੇ ਤੁਸੀਂ ਖਾਲੀ ਪਲੇਟਾਂ ਦੇਖ ਲਓ। ਨਹੀਂ ਯਾਰ ਇੱਦਾਂ ਨਹੀਂ ਕਰਨਾ। ਸੋ ਲੱਗੇ ਯਾਰ ਭੁੱਖ, ਪਤਾ ਨਹੀਂ ਲੱਗਾ ਮੈਂ ਟੇਕ ਲੈਣਾ ਹੀ ਭੁੱਲ ਗਿਆ। ਸੋ ਪਾਪਾ ਪੀ ਰਹੇ ਲੱਸੀ, ਅੰਸ਼ੂ ਨਮਕੀਨ ਲੱਸੀ, ਮਿੱਠੀ ਲੱਸੀ ਐਂਡ ਬਾਕੀ ਦਾਲ ਸੀ, ਚਣੇ ਵਗੈਰਾ ਸੀਗੇ, ਸਭ ਕੁਝ ਫਿਨਿਸ਼ ਕਰ ਲਿਆ। ਪੀਣੀ ਪੜੇਗੀ, ਹੋ ਗਿਆ ਬਾਈ ਅੱਜ ਤੋਂ। ਮੈਂ ਚੌਕਾ ਮਾਰਿਆ, ਕੈਚ ਕੀਤੀ ਜਾਂ ਬੋਲਡ ਹੋ ਗਿਆ ਉਹਦੇ ਵਿੱਚ ਦੋਵੇਂ ਪਲੇਅਰ ਆਊਟ ਆ। ਅਗਰ ਇੱਕ ਕੋ ਡੋਟ ਹੋ ਗਈ ਬੋਲ, ਦੂਜੇ ਨੇ ਛੱਕਾ ਮਾਰਤਾ ਤਾਂ ਫਿਰ ਦੂਜਾ ਪਲੇਅਰ ਜਿਹਦੇ ਕੋਲ ਡੋਟ ਹੋਈ ਉਹ ਵੀ ਜਿੰਦਾ ਹੋ ਜਾਂਦਾ ਵਾ, ਮਤਲਬ ਉਹਦੀ ਇੱਕ ਵਾਰੀ ਫਿਰ ਤੋਂ ਵਾਰੀ ਆਉਂਦੀ ਹੈ। ਸੋ ਹੁਣ ਇੱਥੇ ਮੈਚ ਲੱਗਣ ਲੱਗਾ ਵਾ, ਸਾਡੀ ਬੈਟਿੰਗ ਆਈ ਹੈ, ਉਹ ਰਿਹਾ ਸਾਡਾ ਬੈਟਸਮੈਨ ਅਤੇ ਇਹ ਦੋ ਮੁੰਡੇ ਆ ਜਿਹਨਾਂ ਦਾ ਮੈਚ ਆ। ਸੋ ਹੁਣ ਤੁਸੀਂ ਬਸ ਚੁੱਕ ਛੱਕੇ ਦੇਖੋ, ਮਤਲਬ ਚੁੱਕੇ ਨਹੀਂ ਛੱਕੇ ਦੇਖੋ। ਬਾਏ ਬਾਏ, ਟੇਕ ਕੇਅਰ, ਆਈ ਮੈਚ ਲਈਏ ਫਿਰ ਤੁਹਾਨੂੰ ਘਰ ਜਾ ਕੇ ਮਿਲਦੇ ਹਾਂ। ਸਾਡੇ ਨਾਲ ਵਿਸ਼ੂ ਭਾਇਆ ਵੀ ਆਇਆ, ਵਿਸ਼ੂ ਭਾਇਆ ਸ਼ੁਰਲੀ ਸਾਡੀ ਵੇਟ ਕਰ ਰਹੇ ਸੀਗੇ ਕਦੋਂ। ਸੋ ਗਾਇਜ਼ ਇਹ ਹੈਗਾ ਅਰੁਣ ਉਫ ਸ਼ੁਰਲੀ, ਪਹਿਲੀ ਬੋਲ ਆਉਣ ਲੱਗੀ ਹੈ। ਈਜ਼ੀ ਆ ਬੋਲ, ਬਿੱਲੇ ਬਹੁਤ ਛੋਟੀ, 200 ਰੁਪਿਆ, 200 ਰੁਪਿਆ ਛੱਕਾ ਬਈ ਪਹਿਲੀ ਗੇਂਦ। ਕੋਈ ਗੱਲ ਨਹੀਂ, ਮਿਸ ਵਾਈਜ਼ ਅੰਕੂ ਆ ਗਏ। ਸੋ ਗਾਇਜ਼ ਉਹ ਜਾ ਰਹੀ ਹੈ, ਮੈਨੂੰ ਨਹੀਂ ਲੱਗਦਾ ਵਾਪਸ ਆਏਗੀ। 6 ਰਨ, 200 ਰੁਪਿਆ ਤੂੰ ਦੱਸ। ਜਿੱਦਾਂ ਮੈਂ ਚੌਕਾ ਮਾਰਤਾ ਹੁਣ ਆਪਾਂ ਦੋਵੇਂ ਆਊਟ ਹੋ ਗਏ, ਬਟ ਮੈਂ ਜਦੋਂ ਛੱਕਾ ਮਾਰਿਆ ਉਦੋਂ ਸ਼ੁਰਲੀ ਦੀ ਵੀ ਬੈਟਿੰਗ ਆ ਗਈ ਸੀ। ਸੋ ਬਸ ਇੱਦਾਂ ਹੀ ਆ, ਹੁਣ ਆਪਾਂ ਇੱਕ ਛੱਕਾ ਉੱਪਰ ਹਾਂ, ਮਤਲਬ ਆਪਾਂ 200 ਰੁਪਏ ਜਿੱਤ ਚੁੱਕੇ ਹਾਂ। ਸੋ ਯਾ, ਹੁਣ ਆਪਾਂ ਬੋਲਿੰਗ ਕਰਾਂਗੇ। ਸਾਡੀ ਪਹਿਲੀ ਬੋਲ ਗਾਈ ਬੋਲ, ਦੂਜੀ ਬੋਲ ਗਾਈਜ਼ ਇੱਥੋਂ ਮਿਸ ਹੋ ਗਈ ਆ, ਹੁਣ ਦੇਖਦੇ ਹਾਂ। ਕੋਈ ਗੱਲ ਨਹੀਂ, ਆਪਾਂ ਇੱਕ ਛੱਕਾ ਉੱਪਰ ਆਏ, ਆਪਾਂ ਦੋਵਾਂ ਨੂੰ ਮਿਸ ਕਰਾ ਦਈਏ। ਖੇਲਣ ਖੁੱਲਣ ਤੋਂ ਬਾਅਦ ਮੈਂ ਆ ਗਿਆ ਸੀਗਾ ਘਰ, ਤੇ ਇਸ ਟਾਈਮ ਰਾਤ ਦੇ 10:30 ਵਜ ਰਹੇ। ਮਤਲਬ ਉਸ ਤੋਂ ਬਾਅਦ ਮੈਂ ਆ ਕੇ ਲੇਟ ਗਿਆ ਸੀਗਾ, ਫਿਰ ਮੈਨੂੰ ਟਾਈਮ ਹੀ ਲੱਗਾ ਵਲੋਗ ਵਗੈਰਾ ਸ਼ੂਟ ਕਰਨ ਦਾ। ਸੋ ਫਿਲਹਾਲ ਅੱਜ ਦਾ ਵਲੋਗ ਇੰਨਾ ਸੀਗਾ, ਆਈ ਹੋਪ ਤਾਂ ਸਾਰਿਆਂ ਨੂੰ ਵਲੋਗ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਬਾਕੀ ਛੋਟੂ ਇੱਥੇ ਸੋ ਰਿਹਾ, ਛੋਟੂ ਗੁੱਡ ਨਾਈਟ ਕਹਿ ਦਿਓ ਸਭ ਕੋ, ਗੁੱਡ ਨਾਈਟ ਸਭ ਕੋਈ ਸਭ ਕੋਈ ਹਾਂ, ਔਰ ਕਹਿ ਦਿਓ ਲਾਈਕ ਕਰ ਦਿਓ, ਫੋਲੋ ਕਰ ਦਿਓ, ਲਾਈਕ ਹੈ ਸੋ। ਨਾਨੀ ਮੰਮਾ ਦੀ ਤਬੀਅਤ ਹਜੇ ਖਰਾਬ ਹੈ, ਤੇ ਨਾਨੀ ਮੰਮਾ ਹਜੇ ਮੰਮੀ ਦੇ ਕਮਰੇ ਦੇ ਵਿੱਚ, ਯਾਦ ਵੀ ਸੁਣਨਾ ਮੰਮੀ ਸਾਰੇ ਇਕੱਠੇ ਬੈਠੇ ਹੋਏ। ਮੈਂ ਫਿਲਹਾਲ ਇਸ ਵਲੋਗ ਨੂੰ ਕਰਦਾ ਐਂਡ, ਆਈ ਹੋਪ ਤੁਹਾਨੂੰ ਸਾਰੇ ਵਲੋਗ ਦੇਖਣ ਦਾ ਮਜ਼ਾ ਆਇਆ ਹੈਗਾ। ਜੇ ਵਲੋਗ ਦੇਖਣ ਦਾ ਮਜ਼ਾ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ। ਬਾਏ ਬਾਏ, ਟੇਕ ਕੇਅਰ, ਸਟੇ ਟਿਊਨ, ਸਟੇ ਕਨੈਕਟਡ, ਲਵ ਯੂ। ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋ ਕੇ ਪੀਛੇ ਭਾਗਨਾ ਹੈ। ਬਾਏ।